ਨਮਸਕਾਰ ਖਬਰਾਂ ਦੇ ਸਪਲਟਰ ਨੂੰ ਤੁਹਾਡਾ ਸਵਾਗਤ ਹੈ ਮੈਂ ਹਰਮਿੰਦਰ ਸਿੰਘ ਪਹਿਲਾਂ ਪੇਸ਼ ਨੇ ਚੋਣਵੀਂ ਖਬਰਾਂ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ਵਰਧਨ ਨੇ ਕੋਵਿਡ ਮਹਾਂਮਾਰੀ ਦੇ ਅਸਰ ਘਟ ਕਰਨ ਲਈ ਵੈਕਸੀਨ ਦੀ ਇੱਕਸਾਰ ਉਪਲਬਧਤਾ ਤੇ ਜ਼ੋਰ ਦਿੱਤਾ ਦੇਸ਼ ਭਰ ਵਿੱਚ ਹੁਣ ਤੱਕ ਤਕਰੀਬਨ 12 ਕਰੋੜ ਕੋਵਿਡ ਦੇ ਟੀਕੇ ਲਗਾਏ ਜਾ ਚੁੱਕੇ ਨੇ ਬੀਤੇ 24 ਘੰਟੇ ਵਿੱਚ ਕਰੋਨਾ ਦੇ 234692 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਰੇਲਵੇ ਵੱਲੋਂ ਰੇਲ ਗੱਡੀਆਂ ਤੇ ਰੇਲਵੇ ਸਟੇਸ਼ਨਾਂ ਤੇ 마ਸਕ ਨਾ ਪਾਉਣ ਤੇ 500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਪੱਛਮ ਬੰਗਾਲ ਵਿਧਾਨ ਸਭਾ ਚੋਣਾਂ ਲਈ 15ਵੇਂ ਗ੍ਰੇਡ ਦੇ ਮਤਦਾਨ ਦਾ ਕੰਮ ਅਮਨ ਅਮਾਨ ਨਾਲ ਮੁਕੰਮਲ। ਦੁਪਹਿਰ 1 ਵਜੇ ਤੱਕ 54.67 ਫੀਸਦੀ ਪੂਰੀ ਹੋਈ ਰਿਪੋਰਟਾਂ। ਪੱਛਮ ਬੰਗਾਲ ਤੋਂ ਇਲਾਵਾ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦੀਆਂ 2 ਲੋਕ ਸਭਾ ਸੀਟਾਂ ਤੇ 9 ਸੂਬਿਆਂ ਦੀਆਂ 12 ਵਿਧਾਨ ਸਭਾ ਸੀਟਾਂ ਤੇ ਜਿੰਨੀ ਚੋਣਾਂ ਵੀ ਕਰਵਾਈਆਂ ਗਈਆਂ। ਮਿਸ਼ਰਦੀਨੀ ਅਮਰੀਕਾ ਦੇ ਇੰਡੀਆਨਾ ਪੋਲਿਸ ਪ੍ਰਾਂਤ ਵਿੱਚ ਫੈਡੈਕਸ ਕੰਪਨੀ ਦੇ ਇੱਕ ਕੰਪਲੈਕਸ ਵਿੱਚ ਇੱਕ ਨਾਰਮਲ ਵੱਲੋਂ ਕੀਤੀ ਫਾਇਰਿੰਗ ਵਿੱਚ ਮਾਰੇ ਗਏ ਆਤ੍ਰਾਕਤੀਆਂ ਵਿੱਚ 4 ਸਖ ਸ਼ਾਮਲ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਗੋਲੀਬਾਰੀ ਹਿੰਸਾ ਨੂੰ ਕੌਮੀ ਸ਼ਰਮਿੰਦਗੀ ਘੋਰਾ ਦਿੱਤਾ ਮੁੱਖ ਮੰਤਰੀ ਕੈਪਟਨ ਅਮੰਦਰ ਸਿੰਘ ਨੇ ਫੈਡੈਕਸ ਫਾਇਰਿੰਗ ਵਿੱਚ 4 ਸਖਾਂ ਸਮੇਤ ਆਤ੍ਰਾਕਤੀਆਂ ਦੀ ਮੌਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਸਿੱਧਾ ਲਾਭ ਚ ਬਾਜ਼ੜਾ ਪ੍ਰਣਾਲੀ ਤਹਿਤ ਅਦਾਇਗੀ ਨਾ ਹੋ ਨਾ ਮਾਤਰ ਹੋਣ ਦੀਆਂ ਰਿਪੋਰਟਾਂ ਮੋਹਾਲੀ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਚੰਡੀਗੜ੍ਹ ਮੰਡੀ ਵਿੱਚ ਫਸਲ ਵੇਚ ਕੇ ਆਪਣੇ ਖਾਤੇ ਵਿੱਚ ਫਸਲ ਦੀ ਸਿੱਧੀ ਅਦਾਇਗੀ ਹਾਸਲ ਕੀਤੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਨੇ ਮੱਧ ਪ੍ਰਦੇਸ਼ ਦੇ ਬਹਿਰਾਮਪੁਰ ਜ਼ਿਲ੍ਹੇ ਵਿੱਚ ਜਾ ਕੇ ਹਥਿਆਰ ਸਪਲਾਈ ਕਰਨ ਵਾਲੇ ਇੱਕ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ਵਰਧਨ ਨੇ ਕੋਵਿਡ ਮਹਾਮਾਰੀ ਦਾ ਅਸਰ ਘਟ ਕਰਨ ਲਈ ਵੈਕਸੀਨ ਦੀ ਇਕਸਾਰ ਉਪਲਬਧਤਾ ਤੇ ਜ਼ੋਰ ਦਿੱਤਾ ਹੈ। ਉਹਨਾਂ ਵਿਸ਼ੇਪਾ ਵਿਚਾਰਾਂ ਨੂੰ ਦੁਨੀਆ ਭਰ ਵਿੱਚ ਸਾਰਿਆਂ ਨੂੰ ਤੇਜ਼ੀ ਨਾਲ ਕੋਵਿਡ ਵੈਕਸੀਨ ਲਗਾਉਣ ਦੇ ਉਦੇਸ਼ ਨਾਲ ਖੋਜ ਵਿਕਾਸ ਅਤੇ ਸਪਲਾਈ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਡਾਕਟਰ ਹਰਸ਼ਵਰਦਨ ਨੇ ਸਭ ਲਈ ਇੱਕ ਵੈਕਸੀਨ ਵਿਸ਼ੇ ਤੇ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੀ ਮੰਤਰੀ ਪਦਰੀ ਵਿਸ਼ੇਸ਼ ਮੀਟਿੰਗ ਨੂੰ ਸਮਾਧਨ ਕਰਦਿਆ ਕਿਹਾ ਕਿ ਵਿਸ਼ਵ ਭਰ ਵਿੱਚਾਰੇ ਸਾਹਮਣੇ ਦਵਾਈਆਂ ਦੀ ਪਹੁੰਚ ਸਮਰੱਥਾ ਉਪਲਬਧਤਾ ਤੇ ਸਪਲਾਈ ਵਿੱਚ ਚੁਣੌਤੀਆਂ ਹਨ। ਉਨ੍ਹਾਂ ਕਿਹਾ ਕਿ ਕਰੋਨਾ ਟੀਕੇ ਦੀ ਸਪਲਾਈ ਵਿੱਚ ਵਿਸ਼ਵ ਪੱਧਰ ਤੇ ਸਹਿਯੋਗ ਦੀ ਘਾਟ ਨਾਲ ਗਰੀਬ ਦੇਸ਼ ਪ੍ਰਭਾਵਿਤ ਹੋਣਗੇ। ਡਾਕਟਰ ਹਰਸ਼ਵਰਦਨ ਨੇ ਸਾਰੇ ਦੇਸ਼ਾਂ ਵਿਚਾਲੇ ਬਿਹਤਰ ਤਾਲਮੇਲ ਅਤੇ ਸਹਿਯੋਗ ਦੀ ਅਪੀਲ ਕਰਦਿਆ ਕਿਹਾ ਕਿ ਕਰੋਨਾ ਵਾਇਰਸ ਦੇ ਨਵੇਂ ਸਟੇਨ ਫੈਲ ਰਹੇ ਨੇ। ਇਸ ਨੂੰ ਸਮਾਪਤ ਕਰਨ ਲਈ ਅੰਤਰਰਾਸ਼ਟਰੀ ਪੱਧਰ ਤੇ ਨਿਗਰਾਨੀ ਅਤੇ ਪਛਾਣ ਲਈ ਵਕਫਾਕ ਤੇ ਵਿਚਾਲੇ ਸਹਿਯੋਗ ਜ਼ਰੂਰੀ ਹੈ ਡਾਕਟਰ ਹਰਸ਼ਵਰਧਨ ਇਸ ਚੁਣੌਤੀ ਨਾਲ ਅਸਰਦਾਰ ਢੰਗ ਨਾਲ ਨਜਿੱਠਣ ਸਾਲੇ ਸਮੇਂ ਬਾਅਦ ਸੂਚਨਾ ਦੇ ਆਦਾਨ ਪ੍ਰਦਾਨ ਦੀ ਲੋੜ ਤੇ ਵੀ ਜ਼ੋਰ ਦਿੱਤਾ ਭਾਰਤ ਵਿੱਚ ਕੋਵਿਡ-19 ਚੁਣੌਤੀਆਂ ਦਾ ਨਜਿੱਠਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਚਰਚਾ ਕਰਦੇ ਹਾਂ ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਮਹਾਮਾਰੀ ਵਿਰੁੱਧ ਲੜਾਈ ਵਿੱਚ ਵਿਸ਼ਵ ਪੱਧਰ ਤੇ ਮੋਹਰੀ ਕਤਾਰ ਵਿੱਚ ਹੈ ਉਨ੍ਹਾਂ ਕਿਹਾ ਕਿ ਦੋ ਟੀਕਿਆਂ ਦੇ ਐਮਰਜੈਂਸੀ ਇਸਤੇਮਾਲ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ 20 ਟੀਕਿਆਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਨਾਗਰਿਕਾਂ ਨੂੰ ਟੀਕਾ ਉਪਲਬਧ ਕਰਾਉਣ ਲਈ ਵਚਨਬੱਧ ਹੈ ਗਲ ਸੂਚਨਾਵਾਂ ਨੂੰ ਇੱਕ ਚੁਣੌਤੀ ਵਜੋਂ ਲੈਂਦੇ ਹਾਂ ਡਾਕਟਰ ਰਣਫਰਦ ਨੇ ਕਿਹਾ ਕਿ ਟੀਕੇ ਬਾਰੇ ਕਿਸੇ ਵੀ ਸ਼ੱਕ ਨੂੰ ਵਿਗਿਆਨਕ ਤੱਥਾਂ ਨਾਲ ਦੂਰ ਕੀਤਾ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਭਾਰਤ ਨੇ ਅੱਸੀ ਤੋਂ ਬਾਅਦ ਦੇਸ਼ਾਂ ਨੂੰ ਵੀ ਟੀਕਿਆਂ ਦੀ अपना योगदान देता है के पास करोड़ अठावन लाख डोजेज हैं और जो कि एक हफ्ते के अंदर पाइपलाइन के अंदर सप्लाई के अंदर है वो एक करोड़ सोलह लाख चौरासी हजार डोजेज हैं ये फिगर देने का सिर्फ आपको आइडिया यह है कि आप सब भी इस बात से आश्वस्त रहें ਕਿ ਕੋਈ ਵੈਕਸੀਨ ਦੀ ਸ਼ਾਰਟੇਜ ਨਹੀਂ ਹੈ ہمارے پاس ਦੇਸ਼ ਭਰ ਵਿੱਚ ਹੁਣ ਤੱਕ ਤਕਰੀਬਨ 12 ਕਰੋੜ ਕੋਵਿਡ ਦੀ ਟੀਕ ਲਗਾਇਆ ਜਾ ਚੁੱਕੇ ਨੇ ਪਿਤੇ 24 ਘੰਟਿਆਂ ਵਿੱਚ 30 ਲੱਖ 4000 ਕੋਵਿਡ ਵੈਕਸੀਨ ਦੀਆਂ ਖੁਰਾਕਾਂ ਲਾਭਪਾਤਰੀਆਂ ਨੂੰ ਦਿੱਤੀਆਂ ਗਈਆਂ ਨੇ ਪੰਜਾਬ ਵਿੱਚ ਹੁਣ ਤੱਕ 22 ਲੱਖ 61000 ਟੀਕੇ ਲਗਾਏ ਜਾ ਚੁੱਕੇ ਨੇ ਜਿਨ੍ਹਾਂ ਵਿੱਚੋਂ 20 ਲੱਖ 67000 ਟੀਕੇ ਪਹਿਲੀ ਖੁਰਾਕ ਉਹ ਜੋ ਲਗਾਏ ਗਏ ਨੇ ਜਦੋਂ ਕਿ 1 ਲੱਖ 94000 ਤੋਂ ਵੱਧ ਟੀਕੇ ਦੂਜੀ ਖੁਰਾਕ ਉਹ ਜੋ ਲਾਭਪਾਤਰੀਆਂ ਨੂੰ ਲਗਾਏ ਗਏ ਨੇ ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬੀਤੇ 24 ਘੰਟਿਆਂ ਵਿੱਚ ਕੋਵਿਡ-19 ਦੇ 234692 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 1 ਕਰੋੜ 45 ਲੱਖ ਤੋਂ ਪਾਰ ਹੋ ਗਈ ਹੈ। ਬੀਤੇ ਦਿਨ ਮਹਾਮਾਰੀ ਨਾਲ 1341 ਮਰੀਜ਼ਾਂ ਨੇ ਜਾਨ ਗਵਾਈ। ਦੇਸ਼ ਵਿੱਚ ਕੋਵਿਡ-19 ਤੋਂ ਸਿਹਤਜਾਬ ਹੋਣ ਦੀ ਦਰ 87.23 ਫੀਸਦੀ ਹੋ ਗਈ ਹੈ ਅਤੇ ਬੀਤੇ 24 ਘੰਟਿਆਂ ਵਿੱਚ 123000 ਤੋਂ ਵੱਧ ਮਰੀਜ਼ ਸਿਹਤਜਾਬ ਹੋਏ ਨੇ। ਮੰਤਰਾਲੇ ਮੁਤਾਬਕ ਹੁਣ ਤੱਕ 1 ਕਰੋੜ 26 ਲੱਖ ਮਰੀਜ਼ ਮਹਾਮਾਰੀ ਤੋਂ ਮੁਕਤ ਹੋ ਚੁੱਕੇ ਨੇ। ਦੇਸ਼ ਵਿੱਚ ਉਦਾ ਸਮੇਂ ਐਕਟਿਵ ਕੇਸਾਂ ਦੀ ਗਿਣਤੀ 16 ਲੱਖ 79 ਹਜ਼ਾਰ ਦੇ ਕਰੀਬ ਹੈ ਜੋ ਕੁੱਲ ਕੇਸਾਂ ਦਾ 11.56% ਪੰਜਾਬ ਵਿੱਚ ਮੌਜੂਦਾ ਸਮੇਂ ਮਹਾਮਾਰੀ ਦੇ 30745 ਐਕਟਿਵ ਕੇਸ ਨੇ ਜਿਨ੍ਹਾਂ ਵਿੱਚੋਂ 712 ਕੇਸ ਬੀਤੇ 24 ਘੰਟੇ ਵਿੱਚ ਸਾਹਮਣੇ ਆਏ ਨੇ ਬੀਤੇ ਦਿਨ ਪੰਜਾਬ ਵਿੱਚ ਮਹਾਮਾਰੀ ਨਾਲ 50 ਮਰੀਜ਼ਾਂ ਦੀ ਮੌਤ ਹੋਈ ਹੈ ਤੇ 3129 ਮਰੀਜ਼ ਸਿਹਤਯਾਬ ਹੋਏ ਨੇ ਪੰਜਾਬ ਵਿੱਚ ਹੁਣ ਤੱਕ 252190 ਮਰੀਜ਼ ਸਿਹਤਯਾਬ ਹੋ ਚੁੱਕੇ ਨੇ ਦੇਸ਼ਵਿਧ ਮਹਾਮਾਰੀ ਦੀ ਜਾਂਚ ਦਾ ਦਾਇਰਾ ਵੀ ਵਧਾਇਆ ਜਾ ਰਿਹਾ ਹੈ ਬੀਤੇ 24 ਘੰਟਿਆਂ ਵਿੱਚ ਤਕਰੀਬਨ 15 ਲੱਖ ਕਰੋਨਾ ਜਾਂਚ ਟੈਸਟ ਕੀਤੇ ਗਏ ਨੇ ਅਤੇ ਹੁਣ ਤੱਕ ਕੁੱਲ 26 ਕਰੋੜ ਟੈਸਟ ਕੀਤੇ ਜਾ ਚੁੱਕੇ ਨੇ ਰੇਲਵੇ ਵੱਲੋਂ ਰੇਲ ਗੱਡੀਆਂ ਤੇ ਰੇਲਵੇ ਸਟੇਸ਼ਨਾਂ ਤੇ ਮਾਸਕ ਨਾ ਪਾਉਣ ਤੇ 500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਰੇਲਵੇ ਵੱਲੋਂ ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਕਰੋਨਾ ਦੀ ਰੋਕਥਾਮ ਲਈ ਚੁੱਕੇ ਗੇ ਕਦਮ ਅਨੁਸਾਰ ਹੀ ਲਿਆ ਗਿਆ ਹੈ ਰੇਲ ਮੰਤਰਾਲੇ ਨੇ ਇਸ ਸਬੰਧੀ ਸਾਰੇ ਹੀ ਜ਼ੋਨਾਂ ਦੇ ਜਨਰਲ ਮੈਨੇਜਰਾਂ ਨੂੰ ਚਿੱਠੀ ਲਿਖੀ ਹੈ ਰੇਲਵੇ ਮੰਤਰਾਲੇ ਨੇ ਸਾਰੇ ਜ਼ੋਨਾਂ ਨੂੰ ਤੁਰੰਤ ਪ੍ਰਭਾਵ ਤੋਂ 6 ਮਹੀਨੇ ਲਈ ਇਹ ਸੂਕਮ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ ਪੱਛਮ ਬੰਗਾਲ ਵਿੱਚ 99 ਗੇਡ ਦੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਮੁਕੰਮਲ ਹੋ ਗਿਆ ਹੈ। ਇਸ ਗੇਡ ਤਹਿਤ ਸੂਬੇ ਦੀਆਂ 45 ਵਿਧਾਨ ਸਭਾ ਸੀਟਾਂ ਤੇ ਸਵੇਰੇ 7 ਵਜੇ મતદાન ਸ਼ੁਰੂ ਹੋਇਆ ਜੋ ਸ਼ਾਮ 6:30 ਵਜੇ ਤੱਕ ਚੱਲਿਆ। ਚੋਣ ਕਮਿਸ਼ਨ ਅਨੁਸਾਰ ਪੱਛਮ ਬੰਗਾਲ ਵਿਧਾਨ ਸਭਾ ਚੋਣਾਂ ਲਈ ਅੱਜ ਦੁਪਹਿਰ 1 ਵਜੇ ਤੱਕ 54.67 ਫੀਸਦੀ ਪੋਲਿੰਗ ਹੋਈ। ਚੋਣ ਕਮਿਸ਼ਨ ਵੱਲੋਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਵੋਟਾਂ ਦੇ ਅਮਲ ਨੂੰ ਪੂਰਾ ਕਰਨ ਲਈ ਪੂਖਤਾ ਬੰਦਬਸਤ ਕੀਤੇ ਗਏ ਸਨ। ਪਨਵੇ ਗੀਟ ਤਹਿਤ ਸੂਬੇ ਵਿੱਚ 15799 ਪੋਲਿੰਗ ਸਟੇਸ਼ਨ ਬਣਾਏ ਗਏ ਜਿਨ੍ਹਾਂ ਵਿੱਚੋਂ 900 ਪੋਲਿੰਗ ਬੂਥਾਂ ਤੇ ਵੈਬ ਕਾਸਟਿੰਗ ਕਰਵਾਈ ਗਈ ਇਸ ਗੀਟ ਤਹਿਤ ਚੋਣਾਂ ਲਈ ਕੇਂਦਰੀ ਪੁਲਿਸ ਬਣਾਦੀਆਂ 853 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਇੱਕ ਪੋਲਿੰਗ ਸਟੇਸ਼ਨ ਤੇ 1500 ਵੋਟਾਂ ਦੀ ਵੋਟਰਾਂ ਦੀ ਬਜਾਏ ਵੱਧ ਤੋਂ ਵੱਧ 1000 ਵੋਟਰਾਂ ਦੀ ਹਾਦ ਨੂੰ ਸੀਮਤ ਕੀਤਾ ਇਸ ਤੋਂ ਇਲਾਵਾ ਕੋਵਿਡ-19 ਦੇ ਪੋਜ਼ਿਟਿਵ ਕੇਸਾਂ ਤੇ ਸ਼ੱਕੀ ਮਾਮਲਿਆਂ ਵਿੱਚ ਅਧਿਕਾਰਤ ਅਸਾਰਟੀ ਵੱਲੋਂ ਪ੍ਰਮਾਣਿਤ ਕੀਤੇ ਗਏ ਪੋਲਟ ਬੈਲਟ ਸੋਵਦਾ ਵੀ ਪ੍ਰਦਾਨ ਕੀਤੀ ਗਈ ਐਸ ਗੇਟ 45 ਵਿਧਾਨ ਸਭਾ ਸੀਟਾਂ ਲਈ ਕੋਲ 104 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਜਿਨ੍ਹਾਂ ਵਿੱਚ 12 ਮਹਿਲਾ ਉਮੀਦਵਾਰ ਸ਼ਾਮਲ ਸਨ ਪੱਛਮ ਬੰਗਾਲ ਤੋਂ ਇਲਾਵਾ ਅੰਧ ਪ੍ਰਦੇਸ਼ ਅਤੇ ਕਰਨਾਟਕ ਦੀਆਂ ਦੋ ਲੋਕ ਸਭਾ ਸੀਟਾਂ ਤੇ ਨੌ ਸੂਬਿਆਂ ਦੀਆਂ 12 ਵਿਧਾਨ ਸਭਾ ਸੀਟਾਂ ਦੇ ਜ਼ਿਮਨੀ ਚੋਣਾਂ ਵੀ ਕਰਵਾਈਆਂ ਗਈਆਂ ਪਿਛਲੇ ਦਿਨੀ ਅਮਰੀਕਾ ਦੇ ਇੰਡੀਆਨਾ ਪੋਲੀਸ ਪ੍ਰਾਂਤ ਵਿੱਚ ਫੈਡੈਕਸ ਕੰਪਨੀ ਦੇ ਇੱਕ ਕੰਪਲੈਕਸ ਵਿੱਚ ਇੱਕ ਨੌਜਵਾਨ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਮਾਰੇ ਗਏ 8 ਵਿਅਕਤੀ ਵਿੱਚ 4 ਸਿੱਖ ਸ਼ਾਮਲ ਨੇ ਦੱਸਿਆ ਜਾ ਰਿਹਾ ਹੈ ਕਿ ਬੰਦੂਕ ਤਾਰੀ ਹਮਲਾਵਰ ਦੀ ਪਛਾਣ ਇੰਡੀਆਨਾ ਦੇ 19 ਸਾਲਾ ਬ੍ਰੈਂਡਨ ਸਕਾਰਟ ਹੋਲ ਦੇ ਰੂਪ ਵਿੱਚ ਹੋਈ ਹੈ ਜਿਸ ਨੇ ਇੰਡੀਆਨਾ ਪੋਲੀਸ ਸਥਿਤ ਫੈਡੈਕਸ ਕੰਪਨੀ ਦੇ ਕੰਪਲੈਕਸ ਵਿੱਚ ਵੀਰਵਾਰ ਦੇ ਰਾਤ ਗੋਲੀਬਾਰੀ ਕਰਨ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਡਿਲੀਵਰੀ ਸੇਵਾ ਮੁਹੱਈਆ ਕਰਾਉਣ ਵਾਲੀ ਇਸ ਕੰਪਨੀ ਦਾ ਇਸ ਕੰਪਲੈਕਸ ਵਿੱਚ ਕੰਮ ਕਰਨ ਵਾਲੇ 90% ਤੋਂ ਤਰੀ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੱਸੇ ਜਾਂਦੇ ਨੇ ਮ੍ਰਿਤਕਾਂ ਵਿੱਚ ਅਮਰਜੀਤ ਜੋਹਲ ਜਸਵਿੰਦਰ ਕੌਰ ਅਮਰਜੀਤ ਅਤੇ ਜਸਵਿੰਦਰ ਸਿੰਘ ਸ਼ਾਮਲ ਨੇ ਇੱਕ ਹੋਰ ਸੇਖ ਹਰਪ੍ਰੀਤ ਸਿੰਘ ਗਿਲਦੀ ਅੱਖ ਕੋਲ ਗੋਲੀ ਲੱਗੀ ਸੀ ਜੋ ਇਸ ਵੇਲੇ ਹਸਪਤਾਲ ਵਿੱਚ ਦਾਖਲੇ ਇਸੇ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਜੋ ਬਾइडਨ ਨੇ ਗੋਲੀਬਾਰੀ ਹਿੰਸਾ ਨੂੰ ਕੌਮੀ ਸ਼ਰਮਿੰਦਗੀ ਘਰਾੜ ਦਿੱਤਾ ਹੈ ਉਹਨਾਂ ਇੰਡੀਆਨਾਪੋਲਿਸ ਵਿੱਚ ਫੈਡੈਕਸ ਕੰਪਨੀ ਦੇ ਸੈਂਟਰ ਵਿੱਚ ਹੋਈ ਫਾਇਰਿੰਗ ਵਿੱਚ 8 ਵਿਅਕਤੀਆਂ ਦੇ ਮਾਰੇ ਜਾਣ ਮਗਰੋਂ ਸਨਮਾਨੋ ਜੋ ਕੌਮੀ ਚੰਡੇ ਅੱਦੇ ਚੁਕੇ ਰਹਿਣ ਦੇ ਹੁਕਮ ਦਿੱਤੇ ਨੇ ਜੋ ਬਾइडਨ ਨੇ ਇੱਕ ਸਮਾਚਾਰ ਕਾਨਫਰੰਸ ਦੌਰਾਨ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਹਰ ਰੋਜ਼ ਅਮਰੀਕਾ ਦੇ ਸ਼ਹਿਰਾਂ ਵਿੱਚ ਅਤੇ ਦਿਹਾਤ ਵਿੱਚ ਸੜਕਾਂ ਤੇ ਗਲੀਆਂ ਵਿੱਚ ਸਮੂਹਕ ਸ਼ੂਟਿੰਗ ਦੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਕਿਹਾ ਕਿ ਇਹ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ ਅਤੇ ਇਸ ਦਾ ਖਾਤਮਾ ਹੋਣਾ ਚਾਹੀਦਾ ਹੈ ਇਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੈਡੈਕਸ ਫਾਇਰਿੰਗ ਵਿੱਚ ਚਾਰ ਸਿੱਖਾਂ ਸਮੇਤ 8 ਵਿਅਕਤੀਆਂ ਦੀਆਂ ਮੌਤੇ ਗਹਿਰੇ ਦੁੱਖ ਦਾ اظہار ਕੀਤਾ ਹੈ ਆਪਣੇ ਟਵੀਟ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦੀ ਇਸ ਘਟਨਾ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤਾਕਤ ਬਖਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਨੂੰ ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਕਿਸਾਨਾਂ ਨੂੰ ਉਹਨਾਂ ਦੀ ਜਿੰਸ ਦਾ ਸਿੱਧਾ ਲਾਭ ਤਬਾਦਲਾ ਤਹਿਤ ਅਦਾਇਗੀ ਦਾ ਅਮਨ ਸੂਬੇ ਭਾਰ ਵਿੱਚ ਨਾਂ ਦੇ ਬਰਾਬਰ ਹੈ। ਮੋਹਾਲੀ ਸਥਿਤ ਪ੍ਰਸਾਰ ਭਾਰਤੀ ਦੇ ਨੁਮਾਇੰਦੇ ਨੇ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਜ਼ਿਲ੍ਹੇ ਵਿੱਚ ਅਜੇ ਤੱਕ ਕਿਸੇ ਵੀ ਕਿਸਾਨ ਨੂੰ ਸਿੱਧਾ ਲਾਭ ਤਬਾਦਲਾ ਰਾਹੀਂ ਜਿੰਸ ਦੀ ਅਦਾਇਗੀ ਨਹੀਂ ਹੋਈ। ਮੋਹਾਲੀ ਜ਼ਿਲ੍ਹੇ ਦੇ ਮਛਲੀ ਕਣਾ ਪਿੰਡ ਦੇ ਇੱਕ ਕਿਸਾਨ ਅਸ਼ੋਕ ਕੁਮਾਰ ਨੇ ਚੰਡੀਗੜ੍ਹ ਮੰਡੀ ਵਿੱਚ ਆਪਣੀ ਜਿੰਸ ਵਿੱਚ ਤੇ ਸਿੱਧਾ ਲਾਭ ਪਾਦਲਾ ਸਕੀਮ ਤਹਿਤ ਆਪਣੇ ਖਾਤੇ ਵਿੱਚ ਆਦਾਈਗੀ ਦੀ ਰਕਮ ਪ੍ਰਾਪਤ ਕਰਕੇ ਇਹ ਕਿਸਾਨ ਕਾਫੀ ਖੁਸ਼ ਨਜ਼ਰ ਆਇਆ ਅਸ਼ੋਕ ਮਾਤਾ ਕਹਿਣਾ ਸੀ ਕਿ ਆਖਰਕਾਰ ਉਸ ਨੂੰ ਆੜਤੀਆਂ ਦੇ ਚੁੰਗਲ ਚੋਂ ਆਜ਼ਾਦੀ ਮਿਲੀਏ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਸਾਨਾਂ ਦੇ ਖਾਤੇ ਵਿੱਚ ਸਿੱਧਾ ਪੈਸਾ ਪਾਉਣ ਲਈ ਧੰਨਵਾਦ ਕੀਤਾ ਇਹ ਪੁੱਛ ਜਾਣਤੇ ਕਿ ਉਸ ਨੇ ਆਪਣੀ ਝੈਂਟਸ ਚੰਡੀਗੜ੍ਹ ਮੰਡੀ ਵਿੱਚ ਕਿਉਂ ਵੇਚੀ ਤਾਂ ਉਸ ਦਾ ਕਹਿਣਾ ਸੀ ਕਿ ਉਸ ਨੂੰ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਪਤਾ ਲੱਗਾ ਸੀ ਕਿ ਚੰਡੀਗੜ੍ਹ ਮੰਡੀ ਵਿੱਚ ਉਸ ਨੂੰ ਡੀਬੀਟੀ ਰਾਹੀਂ ਰਕਮ ਦੀ ਅਦਾਇਗੀ ਪ੍ਰਾਪਤ ਹੋਵੇਗੀ ਜਿਸ ਕਰਕੇ ਉਹ ਆਪਣੀ ਫਸਲ ਚੰਡੀਗੜ੍ਹ ਲੈ ਕੇ ਆਇਆ ਆ ਮੈਂ ਫਸਲ ਵੇਚੀ ਜੀ ਚੰਡੀਗੜ੍ਹ ਕਿਉਂਕਿ ਇੱਥੇ ਵਧੀਆ ਖਰੀਦ ਹੋ ਰਹੀ ਹੈ ਐਫਸੀਆਈ ਦੀ ਖਰੀਦ ਹੈ कोई दिक्कत नहीं आई। ਸਾਨੂੰ ਵਧੀਆ ਪੇਮੈਂਟ ਮਤਲਬ ਜੋ ਸਰਕਾਰ ਨੇ ਕੀਤੀ ਆਨਲਾਈਨ ਆ ਗਈ ਜੀ ਸਾਨੂੰ। ਇਹ ਮੈਸੇਜ ਆ ਗਿਆ ਜੀ। ਬਾਕੀ ਇੱਥੇ ਠੀਕ ਠਾਕ ਹੈ। ਕੋਈ ਅਜਾ ਮਾਹੌਲ ਨਹੀਂ ਮਤਲਬ ਐਸਆਈਏ ਕੀ ਖਰੀਦ ਹੈ ਜੀ ਵਧੀਆ ਹੈ। ਸਰਕਾਰ ਵਧੀਆ ਕੰਮ ਕਰ ਰਹੀ ਜੀ। ਆੜਤੀਆਂ ਤੋਂ ਘੇੜਾ ਛਡਵਾਤਾ। ਹਾਂਜੀ ਪਹਿਲਾਂ ਫਸਲ ਵੇਚ ਕੇ ਦੋ ਤਿੰਨ ਮਹੀਨੇ ਪੇਮੈਂਟਾਂ ਮਿਲਦੀਆਂ ਨਹੀਂ ਸੀਗੇ। ਤਿੰਨ ਮਹੀਨੇ ਦਾ ਬੈਜ ਪਹਿ ਜਾਂਦਾ ਤਾਂ ਇਸ ਵਾਰੀ ਪਹਿਲੀ ਦਫਾ ਹੋਇਆ ਹੈ ਜੇ ਫਸਲ ਵੇਚੀ ਤਾਂ ਮਤਲਬ ਦੂਜੇ ਦਿਨ ਪੈਸੇ ਆ ਗਏ ਘਰ। ਹਾਂਜੀ ਸਾਡੇ ਅਕਾਊਂਟ 'ਚ ਆ ਕੇ ਚੈੱਕ ਕਰ ਸਕਦੇ ਜੀ 9843 ਅਕਾਊਂਟ ਹੈ ਜੀ ਮੇਰਾ ਇਹ ਚੈੱਕ ਕਰ ਸਕਦੇ ਜੀ 277000 ਇਸੇ ਦੌਰਾਨ ਜ਼ਿਲ੍ਹਾ ਦੀ ਖਰੜ ਮੰਡੀ ਵਿੱਚ ਆਰਥਿਕ ਦੇ ਪ੍ਰਧਾਨ ਸੁਨੀਲ ਅਗਰਵਾਲ ਨੇ ਕਿਸਾਨ ਰਣਜੀਤ ਸਿੰਘ ਨੇ ਸਬੰਧਰ ਵਿਭਾਗ ਅਤੇ ਏਜੰਸੀਆਂ ਦੇ ਵਤੀਰੇ ਤੇ ਅਫਸੋਸ ਪ੍ਰਗਟ ਕਰਦੇ ਕਿਹਾ ਹੈ ਕਿ ਜੇ ਚੰਡੀਗੜ੍ਹ ਵਿੱਚ ਡੀबीटी ਰਾਹੀਂ ਕਿਸਾਨਾਂ ਨੂੰ ਸਿੱਧੀ ਅਦਾਇਗੀ ਹੋ ਸਕਦੀ ਏ ਤਾਂ ਪੰਜਾਬ ਦੀਆਂ ਮੰਡੀਆਂ ਵਿੱਚ ਕਿਉਂ ਨਹੀਂ ਇਹ ਪੇਮੈਂਟ ਦਾ ਇਸ਼ੂ ਇਹ ਆ ਰਿਹਾ ਹੈ ਵੀ ਹਾਲੇ ਤੱਕ ਜਿਹੜੀ ਡਾਇਰੈਕਟ ਪੇਮੈਂਟ ਦਾ ਆਰਡਰ ਆ ਰਿਹਾ ਸੀ ਕਿਸੇ ਵੀ ਫਾਰਮਰ ਨੂੰ ਕੋਈ ਡਾਇਰੈਕਟ ਪੇਮੈਂਟ ਨਹੀਂ ਹੋਈ ਆਰਟੀਆਂ ਵੱਲੋਂ ਜੋ ਆਈਡੀਆਂ ਦਿੱਤੀਆਂ ਗਈਆਂ ਸੀ ਸਰਕਾਰ ਵੱਲੋਂ ਜੋ ਸਪੈਸੀਫਿਕੇਸ਼ਨ ਜੋ ਇਨਸਟਰਕਸ਼ਨ ਸੀਗੀਆਂ ਸਾਰੇ ਆਰਟੀਆਂ ਨੇ ਪੂਰੀਆਂ ਕਰ ਦਿੱਤੀਆਂ ਨੇ ਉਹ ਅੱਜ ਇਹ 10 ਤਰੀਕ ਤੋਂ 11 ਤਰੀਕ ਤੋਂ ਪ੍ਰੋਕਿਊਰਮੈਂਟ ਸ਼ੁਰੂ ਹੋ ਗਿਆ ਅੱਜ 17 ਤਰੀਕ ਹੋ ਗਈ ਹੈ ਜੇ ਤੱਕ ਇੱਕ ਵੀ ਪੇਮੈਂਟ ਡਾਇਰੈਕਟ ਨਹੀਂ ਪਈ ਇਨਡਾਇਰੈਕਟ ਨਹੀਂ ਪਈ ਤੇ ਅਸੀਂ ਸਾਰਾ ਅਪਡੇਟ ਕਰਤਾ ਚੰਡੀਗੜ੍ਹ ਐਫਸੀਆਈ ਤੋਂ ਅਸੀਂ ਮਤਲਬ ਇਨਫਾਰਮੇਸ਼ਨ ਲਈ ਹੈ ਕਿ ਉੱਥੇ ਉਹਨਾਂ ਬਾਰੇ ਦੱਸਿਆ ਕਿ ਐਫਸੀਆਈ ਨੇ ਚੰਡੀਗੜ੍ਹ ਜਿਹੜੀ ਪੇਚਰਮੈਂਟ ਹੋਰੀ ਸਾਰੇ ਫਾਰਮਾਂ ਨੂੰ ਪੇਮੈਂਟ ਪਾ ਦਿੱਤੀ ਠੀਕ ਹੈ ਤੇ ਸਾਡੀ 12 ਤਰੀਕ ਦੀ ਕਣਕ ਗਰੀਬੇ ਸਾਨੂੰ ਇੱਕ ਵੀ ਪੈਸਾ ਹਾਂ ਦੇ ਅਕਾਊਂਟ ਚ ਨਹੀਂ ਆਇਆ ਕਿਰਪਾ ਕਰਕੇ ਛੇਤੀ ਛੇਤੀ ਪੈਸੇ ਭੇਜੇ ਜਾਣ ਤਾਂ ਕਿ ਅਸੀਂ ਆਪਣਾ ਕਾਰੋਬਾਰ ਮਾੜਾ ਮੋੜਾ ਚਲਾ ਸਕੀਏ ਕਿਉਂਕਿ ਟ੍ਰੈਕਲ ਨੂੰ 5000 ਦਾ ਤੇਜ਼ ਪਾਉਣਾ ਤਾਂ ਬੀ ਕਿਤੇ ਪਹਿਲੇ ਨਹੀਂ ਹੁੰਦਾ ਮਤਲਬ ਆੜਤੀਆਂ ਤੋਂ ਮੰਗਦੇ ਆ ਇਹ ਕਹਿੰਦੇ ਸਾਡੇ ਪਾਸੇ ਨਹੀਂ ਸਾਡੇ ਪਾਸੋਂ ਕਿੱਥੇ ਜੇ ਆਵੇਂ ਤਾਂ ਅਸੀਂ ਪੈਸੇ ਬਾਕੀ ਚੰਡੀਗੜ੍ਹ ਪਤਾ ਲੱਗਿਆ ਵੀ ਉੱਥੇ ਸ਼ੁਰੂ ਹੋ ਗਿਆ ਤਾਂ ਖਰੜ ਸਾਈਡ ਵੀ ਛੇਤੀ ਛੇਤੀ ਸ਼ੁਰੂ ਕਰਾਇਆ ਅੰਮ੍ਰਿਤਸਰ ਧਿਆਤੀ ਪੁਲਿਸ ਦੇ ਸੀਆਈਏ ਸਟਾਫ ਨੇ ਮਾਧ ਪ੍ਰਦੇਸ਼ ਦੇ ਬਹਿਰਾਮਪੁਰ ਜ਼ਿਲ੍ਹੇ ਵਿੱਚ ਜਾ ਕੇ ਹਥਿਆਰ ਸਪਲਾਈ ਕਰਨ ਵਾਲੇ ਇੱਕ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਉਹਨਾਂ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਤੀ ਪਿਸਟੋਲ ਅਤੇ 32 ਮੈਗਜ਼ੀਨ ਬਰਾਮਦ ਕੀਤੇ ਗਏ ਨੇ ਪੁਲਿਸ ਅਨੁਸਾਰ ਇਹ ਗੈਂਗ ਆਤਵਾਦੀਆਂ ਤੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦਾ ਸੀ ਅੱਜ ਫੜੇ ਗਏ ਨੌਜਵਾਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਪੁਲਿਸ ਨੇ ਦੱਸਿਆ ਕਿ ਅਮਰਸਰ ਦਿਹਾਤੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਾਧ ਪ੍ਰਦੇਸ਼ ਦੇ ਬਹਿਰਾਮਪੁਰ ਜ਼ਿਲ੍ਹੇ ਦੇ ਪਚੋਲੀ ਪਿੰਡ ਵਿੱਚ ਰਹਿਣ ਵਾਲੇ ਕਰੋੜ ਸਿੰਘ ਚੰਦਰਪਾਲ ਸਿੰਘ ਅਤੇ ਰਾਮ ਸਿੰਘ ਪਟਵਾ ਭਾਰੀ ਸੰਖਿਆ ਵਿੱਚ ਹਥਿਆਰਾਂ ਦੀ ਸਪਲਾਈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਰ ਰਹੇ ਨੇ ਇਹ ਤਿੰਨ ਦੋਸ਼ੀ ਪੰਜਾਬ ਦੇ ਕਈ ਗੈਂਗਸਟਰਾਂ ਤੇ ਆਤਵਾਦੀਆਂ ਤੇ ਸੰਪਰਕ ਵਿੱਚ ਸਨ ਇਸ ਅਧਾਰ ਤੇ ਪੁਲ ਉਚਪੰਦੇ ਪਿੰਡ ਪਚੂਰੀ ਵਿੱਚ ਛਾਪਮਾਰੀ ਕਰਕੇ ਤਿੰਨਾਂ ਦੋਸ਼ੀਆਂ ਨੂੰ ਧਰ ਲਿਆ ਬਾਅਦ ਵਿੱਚ ਇਹਨਾਂ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਇਹਨਾਂ ਦੇ ਇੱਕ ਟਿਕਾਣੇ ਤੋਂ ਅਸਲਾ ਬਰਾਮਦ ਕੀਤਾ ਜ਼ਿਕਰ ਜੋ ਕਿ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇਸ ਸਾਲ ਜਨਵਰੀ ਵਿੱਚ ਹਥਿਆਰਾਂ ਦੀ ਸਮਰੱਗਣ ਕਰਨ ਦੇ ਦੋਸ਼ ਵਿੱਚ ਮੱਧ ਪ੍ਰਦੇਸ਼ ਦੇ ਰਾਹੁਲ ਸਮੇਤ ਦੋ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਸੀ ਰਾਹੁਲ ਨੇ ਪੁਸ਼ਗਿਸ਼ ਦੌਰਾਨ ਮੱਧ ਪ੍ਰਦੇਸ਼ ਵਿੱਚੋਂ ਤਿੰਨ ਗ੍ਰਿਫਤਾਰ ਕੀਤੇ ਗਏ ਤਿੰਨੋਂ ਵਿਅਕਤੀਆਂ ਦੇ ਨਾਂ ਦੱਸੇ ਸਨ ਪਰ ਰਾਹੁਲ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਇਹ ਤਿੰਨੋਂ ਦੋਸ਼ੀ ਅੰਡਰਗਰਾਊਂਡ ਹੋ ਗਏ ਸਨ

ਬੀਤੇ ਦਿਨ ਮਲੋਟ ਵਿੱਚ ਹੋਈ بارش ਕਾਰਨ ਮੰਡੀਆਂ ਵਿੱਚ ਖੁੱਲੇ ਅਸਮਾਨ ਹੇਠ ਪਈ ਕਿਸਾਨਾਂ ਦੀ ਫਸਲ ਗਿੱਲੀ ਹੋ ਗਈ। ਇਸੇ ਤਰ੍ਹਾਂ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੋਈ ਵਰਖਾ ਨਾਲ ਕਣਕ ਦੀ ਵਾਢੀ ਅਤੇ ਜਣਸਤੀ ਖਰੀਦ ਦਾ ਅਮਲ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ 18 ਤੇ 19 ਅਪ੍ਰੈਲ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਡीडी ਪੰਜਾਬੀ ਦੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ YouTube ਚੈਨਲ RNJU DDK ਜਲੰਧਰ ਤੇ ਵੀ ਦੇਖ ਸਕਦੇ ਨੇ ਤੇ ਇਹ ਬੁਲੇਟਿਨ RNJU ਜਲੰਧਰ ਦੇ ਟਵਿੱਟਰ ਹੈਂਡਲ ਅਤੇ Facebook ਪੇਜ ਤੇ ਉਪਲਬਧ ਨੇ। ദേബർക്ക് ബുലട ഖമുണ്ടായി ആഗ്യാ നമസ്കാര